ਠੰਡ ਨੇ ਕੰਬਣੀ ਛੇੜੀ ਹੋਈ ਹੈ। ਜੀ ਹਾਂ, ਠੰਡ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਅਤੇ 1 ਜਨਵਰੀ ਨੂੰ ਦਿਨ ਦੇ ਘੱਟੋ ਘੱਟ ਤਾਪਮਾਨ ਨੇ ਪਿਛਲੇ 53 ਸਾਲਾਂ ਦਾ ਦੱਸਿਆ ਜਾ ਰਿਹਾ ਹੈ ਕਿ ਰਿਕਾਰਡ ਤੋੜ ਦਿੱਤਾ। ਉੱਥੇ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਡੂੰਘੀ ਧੁੰਦ ਦਾ ਔਰੇਂਜ ਅਲਰਟ ਵੀ ਜਾਰੀ ਕੀਤਾ ਹੋਇਆ। PAU ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ 1 ਜਨਵਰੀ ਨੂੰ ਦਿਨ ਦਾ ਤਾਪਮਾਨ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦਕਿ ਇਸ ਦਿਨ ਦਾ ਆਮ ਤਾਪਮਾਨ 17.7 ਡਿਗਰੀ ਸੈਲਸੀਅਸ ਹੈ, ਜੋ ਕਿ ਸਾਲ 1970 ਤੋਂ ਬਾਅਦ ਸਭ ਤੋਂ ਘੱਟ ਤਾਪਮਾਨ ਸੀ। ਹਾਲਾਂਕਿ ਰਾਤ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਉਸਨੇ ਕਿਹਾ ਕਿ ਤਾਪਮਾਨ ਆਮ ਨਾਲੋਂ ਵੱਧ ਹੈ। ਜੀ ਹਾਂ, ਉੱਧਰ ਹੀ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਦਾ ਘੱਟੋ ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦਕਿ ਰਾਤ ਸਮੇਂ ਆਮ ਤਾਪਮਾਨ 5.5 ਡਿਗਰੀ ਸੈਲਸੀਅਸ ਰਿਹਾ। ਇਸ ਕਾਰਨ ਠੰਡ ਵੱਧ ਗਈ ਹੈ। ਉੱਧਰ ਹੀ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਡੂੰਘੀ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ। ਹਾਲਾਂਕਿ ਉਹਨਾਂ ਨੇ ਇਸ ਸੀਜ਼ਨ ਨੂੰ ਕਣਕ ਦੀ ਫਸਲ ਦੇ ਲਈ ਲਾਹੇਵੰਦ ਦੱਸਿਆ, ਪਰ ਇਸ ਦੌਰਾਨ ਲੋਕਾਂ ਨੂੰ ਉਹਨਾਂ ਨੇ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੇ ਲਈ ਵੀ ਕਿਹਾ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਧੁੰਦ ਦੇ ਕਹਿਰ ਦੀ ਗੱਲ ਕਰੀਏ ਤਾਂ ਬੀਤੇ ਦਿਨ ਕੁਝ ਰਾਹਤ ਮਿਲੀ। ਜੀ ਹਾਂ, ਸਵੇਰ ਤੋਂ ਹੀ ਸ਼ਹਿਰ ਦੇ ਵਿੱਚ ਧੁੱਪ ਨਿਕਲੀ ਸੀ, ਪਰ ਠੰਡ ਨੇ ਆਪਣਾ ਕਹਿਰ ਬਰਸਾਇਆ ਹੋਇਆ ਸੀ। ਉੱਧਰ ਹੀ ਇੱਕ ਦਿਨ ਪਹਿਲਾਂ 11 ਡਿਗਰੀ ਤੱਕ ਪਹੁੰਚਿਆ ਸੀ ਪਾਰਾ। ਮੰਗਲਵਾਰ ਦੀ ਗੱਲ ਕਰੀਏ ਤਾਂ 14.8 ਡਿਗਰੀ ਦਰਜ ਕੀਤਾ ਗਿਆ ਸੀ। ਉਂਝ ਧੁੱਪ ਨਿਕਲਣ ਦੇ ਬਾਵਜੂਦ ਸੀਤ ਲਹਿਰ ਚੱਲ ਰਹੀ ਸੀ, ਜਿਸ ਕਾਰਨ ਠੰਡ ਬਣੀ ਰਹੀ। ਉੱਧਰ ਹੀ ਮੌਸਮ ਕੇਂਦਰ ਨੇ ਕੁਝ ਦਿਨਾਂ ਦੇ ਲਈ ਧੁੰਦ ਲਈ ਅਲਰਟ ਵੀ ਜਾਰੀ ਕੀਤਾ ਹੋਇਆ। ਜੀ ਹਾਂ, ਤੁਹਾਨੂੰ ਦੱਸਦੀਏ ਕਿ ਹਲਕੀ ਤੋਂ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਗਈ ਹੈ। ਰਾਤ ਦੇ ਤਾਪਮਾਨ 'ਚ ਕਿਹਾ ਗਿਆ ਕਿ ਫਿਲਹਾਲ ਕੋਈ ਗਿਰਾਵਟ ਨਹੀਂ ਦੇਖਣ ਨੂੰ ਮਿਲੇਗੀ। ਘੱਟੋ ਘੱਟ ਤਾਪਮਾਨ  10 ਤੋਂ 9 ਡਿਗਰੀ ਦੇ ਵਿਚਕਾਰ ਰਹੇਗਾ। ਉੱਥੇ ਹੀ ਵੱਧ ਤੋਂ ਵੱਧ ਤਾਪਮਾਨ 3 ਦਿਨਾਂ ਦੇ ਵਿੱਚ 15 ਤੋਂ 16 ਤੱਕ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ। ਦੱਸਣਯੋਗ ਹੈ, ਪੰਜਾਬ 'ਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਕਾਰਨ ਲੋਕ ਆਪਣੇ ਘਰਾਂ ਦੇ ਵਿੱਚ ਬੈਠਣ ਲਈ ਮਜਬੂਰ ਨੇ। ਇਸ ਦੌਰਾਨ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਅਜੇ ਧੁੰਦ ਅਤੇ ਹੱਡ ਚੀਰਵੀਂ ਠੰਡ ਦਾ ਕਹਿਰ ਜਾਰੀ ਰਹੇਗਾ। ਵਿਭਾਗ ਵੱਲੋਂ ਅੱਜ 4 ਦਿਨਾਂ ਤੱਕ ਸੰਘਣੀ ਧੁੰਦ ਅਤੇ ਕੋਲਡ ਡੇ ਦਾ ਅਲਰਟ ਵੀ ਜਾਰੀ ਕੀਤਾ ਹੋਇਆ। ਹਾਲਾਂਕਿ ਪੰਜਾਬ 'ਚ ਮੌਸਮ ਖੁਸ਼ਕ ਰਹੇਗਾ ਅਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੌਰਾਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਗਿਆ ਕਿ ਲੋਕਾਂ ਨੂੰ ਆਪਣਾ ਖਾਸ ਧਿਆਨ ਰੱਖਣਾ ਪਵੇਗਾ। ਵਿਭਾਗ ਨੇ ਲੋਕਾਂ ਨੂੰ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ ਹੈ। ਵਿਭਾਗ ਵੱਲੋਂ ਧੁੰਦ ਤੋਂ ਬਚਣ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਬਹੁਤ ਜ਼ਰੂਰੀ ਹੋਣ 'ਤੇ ਹੀ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਧੁੰਦ ਦਾ ਸਿੱਧਾ ਅਸਰ ਫੇਫੜਿਆਂ ਅਤੇ ਅੱਖਾਂ 'ਤੇ ਪੈ ਰਿਹਾ, ਜੋ ਹਾਨੀਕਾਰਕ ਹੈ। ਠੰਡ ਦੇਖਣ ਨੂੰ ਮਿਲਦਾ ਹੈ ਅਤੇ ਇੱਕ ਜੀ, ਅੱਜ ਕੱਲ੍ਹ ਬੜੀਆਂ ਕੋਲਡ ਡੇ ਕੰਡੀਸ਼ਨ ਚੱਲ ਰਹੀਆਂ ਨੇ ਔਰ ਡੈਂਸਿਟੀ ਵੈਰੀ ਡੈਂਸ ਜਿਹੜੀ ਫੋਗ ਵੀ ਕਾਫੀ ਹਿੱਸਿਆਂ ਦੇ ਵਿੱਚ ਅਸੀਂ ਅਬਜ਼ਰਵ ਕਰ ਰਹੇ ਹਾਂ। ਜੇ ਅਸੀਂ ਪਿਛਲੇ 1-2 ਦਿਨ ਦਾ ਜਿਹੜਾ ਡੇ ਟਾਈਮ ਟੈਂਪਰੇਚਰ ਦੇਖੀਏ, 1 ਜਨਵਰੀ ਨੂੰ ਡੇ ਟਾਈਮ ਟੈਂਪਰੇਚਰ 10.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ 1 ਜਨਵਰੀ ਦਾ ਨੋਰਮਲ ਡੇ ਟਾਈਮ ਟੈਂਪਰੇਚਰ 17.7 ਡਿਗਰੀ ਸੈਂਟੀਗ੍ਰੇਡ, ਕੋਈ ਲਗਭਗ 7.3 ਡਿਗਰੀ ਸੈਂਟੀਗ੍ਰੇਡ। ਔਰ ਇਹ 10.4 ਡਿਗਰੀ ਸੈਂਟੀਗ੍ਰੇਡ ਜੇ ਅਸੀਂ ਆਪਣਾ ਪੁਰਾਣਾ ਜਿਹੜਾ ਵੈਦਰ ਰਿਕਾਰਡ ਦੇਖੀਏ, 1970 ਤੋਂ ਲੈ ਕੇ ਹੁਣ ਤੱਕ ਦਾ 1 ਜਨਵਰੀ ਦਾ ਲੋਐਸਟ ਟੈਂਪਰੇਚਰ ਅਸੀਂ ਰਿਕਾਰਡ ਕੀਤਾ। ਇਹਦੇ ਤੋਂ ਪਹਿਲਾਂ 2013 ਦੇ ਵਿੱਚ 10.8 ਡਿਗਰੀ ਸੈਂਟੀਗ੍ਰੇਡ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ, ਔਰ ਇਸੇ ਤਰ੍ਹਾਂ ਕੱਲ੍ਹ ਦਾ ਜੋ ਡੇ ਟਾਈਮ ਟੈਂਪਰੇਚਰ 12 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਨੋਰਮਲ ਕੱਲ੍ਹ ਦਾ ਵੀ ਡੇ ਟਾਈਮ ਟੈਂਪਰੇਚਰ 17.7 ਡਿਗਰੀ ਸੈਂਟੀਗ੍ਰੇਡ ਸੀ, ਜੋ ਵੀ ਲਗਭਗ 5.7 ਡਿਗਰੀ ਸੈਂਟੀਗ੍ਰੇਡ ਨੋਰਮਲ ਤੋਂ ਨੀਚੇ ਰਿਕਾਰਡ ਕੀਤਾ। ਸੋ ਇਸ ਤਰ੍ਹਾਂ ਜਿਹੜੀਆਂ ਡੇ ਟਾਈਮ ਕੰਡੀਸ਼ਨਸ ਨੇ ਉਹ ਕਾਫੀ ਕੂਲ ਚੱਲ ਰਹੀਆਂ ਨੇ, ਜਦੋਂ ਕਿ ਨਾਈਟ ਟਾਈਮ ਜਿਹੜਾ ਟੈਂਪਰੇਚਰ ਨੋਰਮਲ ਤੋਂ ਥੋੜ੍ਹਾ ਉੱਪਰ ਚੱਲ ਰਿਹਾ ਹੈਗਾ। ਜਿਵੇਂ ਅੱਜ ਦਾ ਮਿਨੀਮਮ ਟੈਂਪਰੇਚਰ 7.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 5.5 ਡਿਗਰੀ ਸੈਂਟੀਗ੍ਰੇਡ ਹੈ। ਸੋ ਨਾਈਟ ਟਾਈਮ ਟੈਂਪਰੇਚਰ ਥੋੜ੍ਹਾ ਨੋਰਮਲ ਤੋਂ ਉੱਪਰ ਹੈ, ਬਟ ਡੇ ਟਾਈਮ ਟੈਂਪਰੇਚਰ ਕਾਫੀ ਨੋਰਮਲ ਤੋਂ ਨੀਚੇ ਚੱਲ ਰਿਹਾ ਹੈਗਾ। ਸੋ ਇਹਦੇ ਕਰਕੇ ਕੋਲਡ ਡੇ ਕੰਡੀਸ਼ਨ ਬਣੀਆਂ ਹੋਈਆਂ ਨੇ,
ਔਰ ਜੇ ਅਸੀਂ ਵੈਦਰ ਪ੍ਰਡਿਕਸ਼ਨ ਦੇਖੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਬਾਰਿਸ਼ ਦੀ ਕੋਈ ਪ੍ਰਡਿਕਸ਼ਨ ਨਹੀਂ ਹੈ, ਬਟ ਡੈਂਸ ਟੂ ਵੈਰੀ ਡੈਂਸ ਫੋਗ ਔਰ ਕੋਲਡ ਡੇ ਕੰਡੀਸ਼ਨ ਜਿਵੇਂ ਦੀਆਂ ਅਸੀਂ ਹੁਣ ਕੰਡੀਸ਼ਨ ਫੇਸ ਕਰ ਰਹੇ ਹਾਂ, ਸੇਮ ਹੀ ਕੰਡੀਸ਼ਨ ਆਉਣ ਵਾਲੇ 4-5 ਦਿਨਾਂ ਵਿੱਚ ਵੀ ਪ੍ਰਡਿਕਟਿਡ ਨੇ, ਔਰ ਇਹਦੇ ਵਾਸਤੇ IMD ਵੱਲੋਂ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ। ਹਾਂ ਜੀ, ਕਣਕ ਦੀ ਫਸਲ 'ਤੇ ਅਸੀਂ ਇਹਨਾਂ ਕੰਡੀਸ਼ਨ ਦਾ ਕੋਈ ਨੈਗੇਟਿਵ ਇਫੈਕਟ ਨਹੀਂ ਐਕਸਪੈਕਟ ਕਰ ਰਹੇ, ਕਿਉਂਕਿ ਜਿਹੜੀਆਂ ਸਰਦੀਆਂ ਦੀਆਂ ਕ੍ਰੋਪਸ ਹੁੰਦੀਆਂ ਨੇ ਉਹ ਜ਼ਿਆਦਾ ਕੂਲ ਜਿਹੜੀਆਂ ਵੈਦਰ ਕੰਡੀਸ਼ਨ ਲਈ ਅਡੈਪਟਿਡ ਹੁੰਦੀਆਂ ਨੇ, ਔਰ ਸੈਕਿੰਡਲੀ ਜਿਹਨਾਂ ਦਿਨਾਂ ਦੇ ਵਿੱਚ ਫੋਗ ਹੁੰਦੀ ਆ ਉਹਦਾ ਕੋਈ ਜ਼ਿਆਦਾ ਨੈਗੇਟਿਵ ਇਫੈਕਟ ਕ੍ਰੋਪਸ 'ਤੇ ਨਹੀਂ ਹੁੰਦਾ, ਕਿਉਂਕਿ ਫੋਗ ਨਾਲ ਕ੍ਰੋਪਸ ਨੂੰ ਥੋੜ੍ਹੀ ਮੋਇਸਚਰ ਮਿਲ ਜਾਂਦੀ ਆ। ਜਦੋਂ ਟੈਂਪਰੇਚਰ ਜ਼ਿਆਦਾ ਨੀਚੇ ਆ ਜਾਂਦਾ, ਸਪੈਸ਼ਲੀ ਨਾਈਟ ਟਾਈਮ ਟੈਂਪਰੇਚਰ ਜਦੋਂ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਆ ਜਾਂਦਾ, ਜਦੋਂ ਕੋਰਾ ਜਿਹੜਾ ਪੈਣਾ ਸ਼ੁਰੂ ਹੋ ਜਾਂਦਾ, ਉਹਦੇ ਵਾਸਤੇ ਕ੍ਰੋਪ ਵੀ ਸੈਂਸਿਟਿਵ ਹੁੰਦੀਆਂ ਨੇ, ਕੁਛ ਵੈਜੀਟੇਬਲ ਕ੍ਰੋਪਸ ਵੀ ਔਰ ਹੋਰ ਕ੍ਰੋਪ ਵੀ, ਉਦੋਂ ਕ੍ਰੋਪ ਨੂੰ ਨੁਕਸਾਨ ਹੋ ਸਕਦਾ, ਬਟ ਫੋਗ ਦੇ ਦਿਨਾਂ ਵਿੱਚ ਅੱਜ ਕੱਲ੍ਹ ਅਸੀਂ ਕ੍ਰੋਪ ਨੂੰ ਕੋਈ ਇਹਦਾ ਨੁਕਸਾਨ ਨਹੀਂ ਸਕਦਾ। ਲੋਕਾਂ ਨੂੰ ਇਹੀ ਸਲਾਹ ਦੇਣੀ ਚਾਹਾਂਗੇ ਜੀ ਕਿ ਇੱਕ ਤਾਂ ਬਹੁਤ ਬੜੀਆਂ ਕੋਲਡ ਡੇ ਕੰਡੀਸ਼ਨ ਚੱਲ ਰਹੀਆਂ ਨੇ, ਸੋ ਉਹਨਾਂ ਨੂੰ ਡਾਇਰੈਕਟ ਐਕਸਪੋਜ਼ਰ ਤੋਂ ਧਿਆਨ ਰੱਖਣਾ ਚਾਹੀਦਾ, ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ। ਸੈਕਿੰਡਲੀ, ਕਿਉਂਕਿ ਡੈਂਸ ਟੂ ਵੈਰੀ ਡੈਂਸ ਫੋਗ ਜਿਹੜੀ ਚੱਲ ਰਹੀ ਹੈ ਔਰ ਕਮਿੰਗ 4-5 ਡੇਜ਼ ਵੀ ਐਕਸਪੈਕਟਡ ਹੈ, ਸੋ ਇਹਦੇ ਵਾਸਤੇ ਉਹਨਾਂ ਦੇ ਜੇ ਕੋਈ ਟਰੈਵਲ ਪਲੈਨਸ ਨੇ ਉਹਨਾਂ ਨੂੰ ਉਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ। ਟਰੈਵਲ ਤਾਂ ਹੀ ਕਰੋ ਜੇ ਬਹੁਤ ਜ਼ਰੂਰੀ ਹੈ, ਅਦਰਵਾਈਜ਼ ਇਹਨਾਂ ਦਿਨਾਂ ਵਿੱਚ ਟਰੈਵਲ 'ਤੇ ਵੀ ਗਰੇਜ਼ ਕਰਨਾ ਚਾਹੀਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ। Subscribe to One India channel and never miss an update.